ਦਵਿੰਦਰ ਸਿੰਘ ਸੇਖਾ ਦਾ ਨੋਵਲ ਤੀਜੀ ਅਲਵਿਦਾ ਦਾ 11ਵਾਂ ਅੰਗ। ਸਮੇਂ ਦੇ ਬੀਤਣ ਨਾਲ ਘਰ 'ਚੋਂ ਮਨਜੀਤ ਦਾ ਸੋਗ ਚੁੱਕਿਆ ਜਾ ਚੁੱਕਾ ਸੀ। ਅੱਜ ਤੱਕ ਤਾਂ ਕੁਲਵੰਤ ਨੇ ਸੋਚਿਆ ਹੀ ਨਹੀਂ ਸੀ ਕਿ ਉਹ ਕਿਹੜਾ ਕੰਮ ਕਰੇ ਜਿਸ ਨਾਲ ਉਹਦੀ ਆਮ ਜ਼ਿੰਦਗੀ ਦਾ ਰੱਥ ਪੱਧਰੇ ਪਹੀਏ ਚੱਲਦਾ ਰਹੇ। ਹੁਣ ਇਹ ਸੋਚ ਉਹਦੇ ਸਾਹਮਣੇ ਦਿਓ ਦਾ ਰੂਪ ਧਾਰ ਕੇ ਖੜ੍ਹੀ ਹੋ ਗਈ, ਆਖਿਰ ਇੱਕ ਵਿਉਂਤ ਬਣ ਗਈ। ਉਹਨੇ ਆਪਣੇ ਛੋਟੇ ਭਰਾ ਕਰਤਾਰ ਕੋਲ ਬੀਕਾਨੇਰ ਜਾ ਕੇ ਸਿਲਾਈ ਦਾ ਕੰਮ ਕਰਨ ਦੀ ਸੋਚੀ। ਮਨਜੀਤ ਦੀ ਮੌਤ ਤੋਂ ਡੇਢ ਮਹੀਨੇ ਮਗਰੋਂ ਕਰਤਾਰ ਰਾਜਸਥਾਨ ਵਾਪਸ ਚਲਾ ਗਿਆ। ਇੱਕ ਮਹੀਨੇ ਮਗਰੋਂ ਪਤਨੀ ਸਮੇਤ ਕੁਲਵੰਤ ਵੀ ਮੋਹਨ ਨਗਰ ਬੀਕਾਨੇਰ ਜਾ ਪੜਿਆ। ਕਰਤਾਰ ਦਾ ਘਰ ਇੱਕ ਢੱਠੀ ਖੋਲੀ ਸੀ। ਕੁਲਦੀਪ ਨੇ ਜਾ ਕੇ ਸਾਰਾ ਮਕਾਨ ਸਾਫ਼ ਕੀਤਾ, ਘਰ ਰਹਿਣ ਦੇ ਯੋਗ ਹੋਇਆ। ਹੁਣ ਹਰ ਚੀਜ਼ ਆਪਣੀ ਥਾਂ ਪਈ ਚੰਗੀ ਲੱਗਦੀ ਸੀ। ਕੁਲਵੰਤ ਨੇ ਛੇਤੀ ਭਰਾ ਕੋਲੋਂ ਕੰਮ ਸਿੱਖ ਲਿਆ। ਪਿੰਡਾਂ ਦੇ ਕੰਮ ਵੀ ਸੌਖੇ ਹੀ ਹੁੰਦੇ ਸੀ, ਸਿੱਧੇ ਸਾਦੇ ਜਾਂ ਕਲੀਆਂ ਵਾਲੇ ਕੁੜਤੇ ਪਜਾਮੇ। ਕਰਤਾਰ ਲੋਕਾਂ ਦੇ ਘਰੀਂ ਜਾ ਕੇ ਸਿਲਾਈ ਦਾ ਕੰਮ ਕਰਦਾ ਸੀ। ਉਹਨੇ ਪੈਸੇ ਵੀ ਲੈਣੇ ਅਤੇ ਖਾਣਾ ਪੀਣਾ ਵੀ ਅਗਲੇ ਦੇ ਸਿਰੋਂ। ਬਗਾਨੀ ਭੇਡ ਦੀ ਖੱਲ ਉਹਨੂੰ ਚੰਗੀ ਤਰ੍ਹਾਂ ਲਾਉਣੀ ਆਉਂਦੀ ਸੀ, ਪਰ ਕੁਲਵੰਤ ਦੀ ਆਦਤ ਇਹਦੇ ਬਿਲਕੁਲ ਉਲਟ ਸੀ। ਉਹ ਘਰ ਬਹਿ ਕੇ ਹੀ ਕੰਮ ਕਰਨਾ ਚਾਹੁੰਦਾ ਸੀ। ਉਹਦਾ ਵਿਚਾਰ ਸੀ ਕਿ ਜਦ ਅਸੀਂ ਆਪ ਕਮਾਈ ਕਰਦੇ ਹਾਂ ਤਾਂ ਫਿਰ ਦੂਜਿਆਂ ਦੀ ਕਮਾਈ ਕਿਉਂ ਖਾਈਏ। ਇਹਨਾਂ ਵਿਰੋਧੀ ਵਿਚਾਰਾਂ ਕਾਰਨ ਹੀ ਦੋਵਾਂ ਭਰਾਵਾਂ ਦੀ ਆਪਸ 'ਚ ਬਣਦੀ ਨਹੀਂ ਸੀ। ਕਰਤਾਰ ਵੱਡੇ ਭਰਾ ਨੂੰ ਬਾਹਰ ਜਾ ਕੇ ਕੰਮ ਕਰਨ ਵਾਸਤੇ ਕਹਿੰਦਾ, ਪਰ ਉਹ ਨਾ ਮੰਨਿਆ। ਉਹ ਆਪਣਾ ਅੱਡ ਕੰਮ ਕਰਦਾ ਰਿਹਾ। ਇਸ ਕੰਮ ਤੋਂ ਕੁਝ ਅੱਕ ਗਿਆ ਅਤੇ ਡੱਗੀ ਵੇਚਣੀ ਸ਼ੁਰੂ ਕਰਤੀ। ਮੋਢੇ 'ਤੇ ਕੱਪੜਿਆਂ ਦੀ ਗੰਢ ਰੱਖ ਕੇ ਉਹ ਲਾਗਲੇ ਪਿੰਡਾਂ 'ਚ ਫਿਰਦਾ। ਸਾਰਾ ਦਿਨ ਘੁੰਮਣ ਤੋਂ ਮਗਰੋਂ ਥੱਕ ਟੁੱਟ ਜਾਂਦਾ। ਉਹਨੇ ਇੱਕ ਸਾਈਕਲ ਲੈਣ ਦੀ ਸੋਚੀ। ਉਹਨੇ ਚੰਗੇ ਹਾਲਤ ਦੇ ਪੁਰਾਣੇ ਹਰਕਿਊਲਿਸ ਕੁਆਲਿਟੀ ਦੇ ਸਾਈਕਲ ਦਾ ਸੌਦਾ 70 ਰੁਪਏ 'ਚ ਕਰ ਲਿਆ। ਉਸ ਕੋਲ 65 ਰੁਪਏ ਸੀ, ਗੱਲ 5 ਰੁਪਿਆਂ 'ਤੇ ਆ ਅਟਕੀ। ਕੁਲਵੰਤ ਨੇ ਛੋਟੇ ਭਰਾ ਤੋਂ 5 ਰੁਪਈਆਂ ਦੀ ਮੰਗ ਕੀਤੀ, ਪਰ ਉਹਨੇ ਟਕੇ ਵਰਗਾ ਜਵਾਬ ਦੇ ਦਿੱਤਾ। ਕੁਲਵੰਤ ਸੋਚ ਹੀ ਪੈ ਗਿਆ। ਇਹ ਸਾਈਕਲ ਵੀ ਵਧੀਆ ਸੀ ਪਰ ਪੈਸੇ ਵੀ ਨਹੀਂ ਸੀ। ਉਲਝਣ 'ਚ ਫਸਿਆ ਬਾਹਰ ਵੱਲ ਨੂੰ ਨਿਕਲ ਤੁਰਿਆ। ਕਾਫੀ ਚਿਰ ਮਗਰੋਂ ਘਰ ਵੱਲ ਪਰਤਿਆ। ਭਾਵੇਂ ਉਹ ਸੋਚਾਂ 'ਚ ਗਲਤਾਨ ਸੀ, ਪਰ ਉਹਨੇ ਆਪਣੀ ਤੁਰਨ ਦੀ ਰਫ਼ਤਾਰ ਕਦੇ ਘੱਟ ਨਹੀਂ ਸੀ ਕੀਤੀ। ਲੰਮੀਆਂ ਪਲੰਘਾਂ ਪੁੱਟਦਾ ਉਹ ਘਰ ਵੱਲ ਨੂੰ ਵੱਧ ਰਿਹਾ ਸੀ। ਅਚਾਨਕ ਉਹਨੂੰ ਇੱਕ ਸਾਮੀ ਦੀ ਯਾਦ ਆਈ ਜਿਹਨੇ ਵੇਲੇ ਕੁਵੇਲੇ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਉਸ ਕੋਲ ਗਿਆ ਅਤੇ 5 ਰੁਪਏ ਦੀ ਮੰਗ ਕੀਤੀ ਜੋ ਪੂਰੀ ਹੋ ਗਈ। ਉਹਦੇ ਚਿਹਰੇ 'ਤੇ ਖੁਸ਼ੀ ਦੀਆਂ ਰੇਖਾਵਾਂ ਆ ਗਈਆਂ। ਭਾਵੇਂ ਤੇਰ ਮੇਰ ਚੰਗੀ ਨਹੀਂ ਹੁੰਦੀ, ਪਰ ਕਈ ਚੀਜ਼ਾਂ 'ਤੇ ਮੇਰ ਕਰਨੀ ਪੈਂਦੀ ਹੈ। ਕਿਸੇ ਚੀਜ਼ ਨੂੰ ਆਪਣੇ ਕਹੇ ਤੋਂ ਬਿਨਾਂ ਉਹਦੀ ਸੰਭਾਲ ਨਹੀਂ ਹੋ ਸਕਦੀ। ਕੁਲਵੰਤ ਵੀ ਅੱਜ ਸਾਈਕਲ 'ਤੇ ਮੇਰ ਕਰਨ ਜਾ ਰਿਹਾ ਸੀ। ਜਦੋਂ ਕੋਈ ਚੀਜ਼ ਖਰੀਦੀ ਜਾਵੇ ਤਾਂ ਅਣਮਿਣੀ ਖੁਸ਼ੀ ਦਿਲ 'ਚ ਆਸਮਾਉਂਦੀ ਹੈ। ਕੁਲਵੰਤ ਦੇ ਕਦਮ ਪਹਿਲਾਂ ਨਾਲੋਂ ਵੀ ਕਾਹਲੇ ਹੋ ਗਏ। ਉਹ ਘਰ ਜਾਣ ਦੀ ਬਜਾਏ ਸਾਈਕਲ ਲੈਣ ਚਲਾ ਗਿਆ। ਸਾਈਕਲ ਲੈ ਕੇ ਜਦੋਂ ਘਰ ਪਹੁੰਚਿਆ ਤਾਂ ਉਹਦੇ ਬੁੱਲਾਂ 'ਤੇ ਮੁਸਕਰਾਹਟ ਨੱਚ ਰਹੀ ਸੀ। ਕੁਲਵੰਤ ਦਾ ਦਿਲ ਇਸ ਜਗ੍ਹਾ ਤੋਂ ਅੱਕ ਗਿਆ। ਪਿਆਰ ਮਨੁੱਖ ਲਈ ਇੱਕ ਬਿੰਬ ਹੈ ਜਾਂ ਇੱਕ ਧੁਰਾ। ਜਿਸ ਜਗ੍ਹਾ ਪਿਆਰ ਦੀ ਥਾਂ ਨਫ਼ਰਤ ਖਿਲ ਰਹੀ ਹੋਵੇ ਉਸ ਜਗ੍ਹਾ ਰਹਿਣਾ ਅਤ ਕਠਿਨ ਹੁੰਦਾ ਹੈ। ਕੁਲਵੰਤ ਨੇ ਵਾਪਸ ਪਿੰਡ ਜਾਣ ਦਾ ਮਨ ਬਣਾ ਲਿਆ। ਉਹਨਾਂ ਨੇ ਜਾਣ ਦੀ ਪੂਰੀ ਤਿਆਰੀ ਕਰ ਲਈ। ਕੁਲਵੰਤ ਨੇ ਭਰਾ ਕੋਲੋਂ ਪੈਸਿਆਂ ਦੀ ਮੰਗ ਕੀਤੀ। ਉਹਦੀ ਪਹਿਲੀ ਕਮਾਈ ਕਰਤਾਰ ਕੋਲ ਹੀ ਸੀ। ਹੁਣ ਪਿੰਡ ਜਾਣ ਵੇਲੇ ਉਹਨੇ ਪੈਸੇ ਨਾਲ ਲੈ ਜਾਣੇ ਠੀਕ ਸਮਝੇ। ਘਰ ਵਾਲੇ ਵੀ ਸੋਚਦੇ ਹੋਣਗੇ ਕਿ ਦੋ ਪੁੱਤ ਕਮਾਈ ਕਰਨ ਗਏ ਹੈ, ਪਰ ਇਹ ਸ਼ਰਮ ਦੀਆਂ ਗੱਲਾਂ ਕਰਤਾਰ ਦੇ ਹਿੱਸੇ ਨਹੀਂ ਸੀ ਆਈਆਂ। ਉਹਨੇ ਪੈਸੇ ਦੇਣ ਤੋਂ ਨਾਂਹ ਕਰਤੀ। ਉਂਦਰੋਂ ਅਫੀਮ ਦੀ ਡਲੀ ਕੱਢ ਲਿਆ, ਖਾ ਕੇ ਪੈ ਗਿਆ। ਇੰਨੀ ਸਾਰੀ ਅਫੀਮ ਦੇਖ ਕੇ ਕੁਲਦੀਪ ਦੇ ਸਾਹ ਉੱਪਰ ਹੀ ਹੋ ਗਏ। ਉਹ ਭੱਜ ਕੇ ਗੁਆਂਢਣ ਮਾਸੀ ਨੂੰ ਬੁਲਾ ਲਿਆ। ਮਾਸੀ ਨੇ ਆ ਕੇ ਕਰਤਾਰ ਨੂੰ ਖੱਟੀ ਲੱਸੀ ਪਿਆਈ, ਜਿਸ ਨਾਲ ਅਫੀਮ ਬਾਹਰ ਨਿਕਲੀ ਅਤੇ ਉਹਨੂੰ ਹੋਸ਼ ਆਈ। ਮਾਸੀ ਨੇ ਕਰਤਾਰ ਨੂੰ ਕਾਫੀ ਲਾਹਨਤਾਂ ਪਾਈਆਂ। ਕੁਲਦੀਪ ਅੱਜ ਜਾਣੇ ਸੀ ਕਿ ਰੋਜ਼ਾਨਾ ਸ਼ਰਾਬ ਪੀਣ ਵਾਲਾ ਕਰਤਾਰ ਅਫੀਮ ਵੀ ਖਾਂਦਾ ਹੈ। ਹਾਲਾਤ ਨੂੰ ਪੁੱਠੇ ਗੇੜ ਪੈਂਦਿਆਂ ਦੇਖ ਕੁਲਵੰਤ ਨੇ ਇਹੀ ਮੁਨਾਸਬ ਸਮਝਿਆ ਕਿ ਬਿਨਾਂ ਪੈਸੇ ਲਏ ਇੱਥੋਂ ਚਲਾ ਜਾਵੇ। ਵੱਡਾ ਮੁੰਡਾ ਤਾਂ ਪਿੰਡ ਹੀ ਸੀ, ਕੁੜੀ ਨੂੰ ਤਿਆਰ ਕੀਤਾ ਅਤੇ ਉਹ ਸਾਈਕਲ ਲੈ ਕੇ ਚੱਲ ਪਏ। ਬੀਕਾਨੇਰ ਤੋਂ ਪਿੰਡ ਤੱਕ ਦਾ ਸਫ਼ਰ ਉਹਨਾਂ ਦੇ ਆਪਣੇ ਖਰੀਦੇ ਸਾਈਕਲ 'ਤੇ ਕੀਤਾ। ਹੈਂਡਲ ਨਾਲ ਟੰਗੇ ਝੋਲੇ ਵਿਚਲੇ ਪੰਪ ਦੀ ਰਾਹ 'ਚ ਕੋਈ ਜ਼ਰੂਰਤ ਨਾ ਪਈ। ਕੁਲਦੀਪ ਦੀ ਅਜੀਬੋ ਗਰੀਬ ਹਾਲਤ ਸੀ, ਉਹਦੀ ਜਾਨ ਹਮੇਸ਼ਾ ਕੜਿੱਕੇ 'ਚ ਰਹਿੰਦੀ। ਬੀਕਾਨੇਰ ਆ ਕੇ ਉਹਨੇ ਸੋਚਿਆ ਸੀ ਕਿ ਉਹਨੂੰ ਹੁਣ ਕੁਛ ਆਰਾਮ ਮਿਲੇਗਾ, ਪਰ ਉੱਥੇ ਹਰ ਵੇਲੇ ਖਿੱਚੋ ਤਾਣ ਵਾਲਾ ਵਾਤਾਵਰਨ ਰਹਿੰਦਾ। ਉੱਥੇ ਵੀ ਉਹ ਦੁਖੀ ਰਹੀ। ਹੁਣ ਉਹ ਸੱਸ ਕੋਲ ਜਾ ਰਹੀ ਸੀ, ਇਹ ਸੋਚਦਿਆਂ ਹੀ ਉਹਦੇ ਸਰੀਰ 'ਚ ਕੰਬੜੀ ਛਿੜ ਪੈਂਦੀ। ਸੱਸ ਦਾ ਗੁੱਸੇ ਨਾਲ ਤਪਦਾ ਲਾਲ ਮੂੰਹ ਉਹਨੂੰ ਪ੍ਰਤੱਖ ਵਿਖਾਈ ਦਿੰਦਾ। ਉਹਨੇ ਇਹ ਦਿਨ ਔਖੇ ਕੱਟਣੇ ਹੀ ਚੰਗੇ ਸਮਝੇ। ਉਹਦਾ ਵਿਚਾਰ ਸੀ, ਜੇ ਬੰਦਾ ਜਵਾਨੀ ਵੇਲੇ ਸੁੱਖ ਦੇਖੇ ਤਾਂ ਬੁਢੇਪੇ ਵੇਲੇ ਦੁਖੀ ਹੁੰਦਾ ਹੈ, ਜੇ ਜਵਾਨੀ ਵੇਲੇ ਦੁੱਖਾਂ ਦਾ ਸਾਹਮਣਾ ਕਰਨੇ ਤਾਂ ਬੁਢੇਪਾ ਸੁੱਖ ਨਾਲ ਬੀਤਦਾ ਹੈ। ਉਹ ਸੋਚਦੀ, ਪੁੱਤ ਵੱਡੇ ਹੋ ਕੇ ਸੁੱਖ ਦਿੰਦੇ ਹੈ, ਕੀ ਹੋ ਗਿਆ ਜੇ ਹੁਣ ਮੈਂ ਔਖੀ ਹਾਂ, ਮੇਰਾ ਪੁੱਤ ਵੀ ਜਵਾਨ ਹੋਇਆ ਲੈ। ਇੱਦਾਂ ਲੱਗਦਾ ਸੀ ਜਿਵੇਂ ਉਹਨੂੰ ਆਪਣੇ ਜਵਾਨ
ਪਤੀ ਨਾਲੋਂ ਬਚਪਨ 'ਚ ਵਿਚਰਦੇ ਪੁੱਤ 'ਤੇ ਜ਼ਿਆਦਾ ਭਰੋਸਾ ਸੀ। ਉਹ ਆਪਣੇ ਵਿਚਾਰਾਂ ਦੇ ਸਮੁੰਦਰ 'ਚ ਗੋਤੇ ਖਾਂਦੀ ਰਹੀ ਅਤੇ ਸਾਈਕਲ ਆਪਣੀ ਚਾਲੇ ਅੱਗੇ ਵੱਧਦਾ ਰਿਹਾ। ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਪਿੰਡ ਆ ਕੇ ਫਿਰ ਉਹੀ ਫਿਕਰ ਜ਼ਹਿਨ 'ਚ ਘੁੰਮਣ ਘੇਰੀ ਪਾਈ ਫਿਰਦਾ ਸੀ, ਕਿਹੜਾ ਕੰਮ ਸ਼ੁਰੂ ਕੀਤਾ ਜਾਏ। ਕਿਸੇ ਸੱਜਣ ਦੀ ਸਲਾਹ 'ਤੇ ਕੁਲਵੰਤ ਨੇ ਪਿੰਡ 'ਚ ਦੁਕਾਨ ਖੋਲ੍ਹ ਲਈ। ਪਿੰਡ ਦੇ ਦੂਜੇ ਗਵਾੜ 'ਚ ਕੋਈ ਦੁਕਾਨ ਨਹੀਂ ਸੀ, ਉੱਥੇ ਪਾਈ ਛੋਟੀ ਜਿਹੀ ਦੁਕਾਨ ਵਾਹਵਾ ਚੱਲ ਪਈ। ਪਰ ਉਹਨੂੰ ਸਾਰੀ ਦਿਹਾੜੀ ਬੈਠਣਾ ਬੜਾ ਮੁਸ਼ਕਲ ਲੱਗਦਾ, ਰੋਜ਼ ਦਾ ਇੱਕੋ ਕੰਮ ਕਰਨਾ। ਮਗਰੋਂ ਇੱਕ ਆਦਤ ਬਣ ਜਾਂਦੀ ਹੈ। ਕੁਲਵੰਤ ਦੇ ਨਾਲ ਸਿਲਾਈ ਦਾ ਕੰਮ ਵੀ ਸ਼ੁਰੂ ਕਰਤਾ, ਹੁਣ ਉਹਦੀ ਦਿਹਾੜੀ ਸੌਖੀ ਗੁਜ਼ਰ ਜਾਂਦੀ। ਸਮਾਂ ਆਪਣੀ ਮਿੱਥੀ ਚਾਲ ਅਨੁਸਾਰ ਚੱਲਦਾ ਰਿਹਾ। ਇਹਨਾਂ ਬੀਤ ਚੁੱਕੇ ਸਾਲਾਂ 'ਚ ਕਰਤਾਰ ਸਿੰਘ ਦਾ ਦੂਜਾ ਵਿਆਹ ਅਤੇ ਸੂਬਾ ਸਿੰਘ ਅਤੇ ਨਿਰਵੈਰ ਸਿੰਘ ਦੇ ਵਿਆਹ ਹੋ ਚੁੱਕੇ ਸੀ। ਸੂਬਾ ਸਿੰਘ ਨੇ ਗਿਆਨੀ ਕਰਕੇ JBT ਕਰ ਲਈ, ਪੰਜਾਬੀ ਮਾਸਟਰ ਲੱਗ ਗਿਆ। ਬਲਦੇਵ ਸਿੰਘ ਨੇ ਨਾਭੇ ਡਰਾਇੰਗ ਦਾ ਕੋਰਸ ਕੀਤਾ ਅਤੇ ਡਰਾਇੰਗ ਮਾਸਟਰ ਲੱਗ ਗਿਆ। ਰਾਮ ਕੌਰ ਸੂਬਾ ਸਿੰਘ ਦੀ ਪਤਨੀ ਨੂੰ ਪਤਨੀ ਨੂੰ ਬਹੁਤ ਪਿਆਰ ਕਰਦੀ ਸੀ, ਪਰ ਇਹ ਗੱਲ ਨਹੀਂ ਕਿ ਉਹਨੇ ਪਿੱਟਣਾ ਛੱਡ ਦਿੱਤਾ ਸੀ। ਸਿਆਪਾ ਕੀਤੇ ਬਗੈਰ ਉਹਦੇ ਰੋਟੀ ਹਜ਼ਮ ਨਹੀਂ ਸੀ ਹੁੰਦੀ। ਉਹਦਾ ਹਿੱਤ ਗੁਰਨਾਮ ਕੌਰ ਸੂਬਾ ਸਿੰਘ ਦੀ ਪਤਨੀ ਨਾਲ ਜ਼ਿਆਦਾ ਹੋਣ ਕਾਰਨ ਕਈ ਵਾਰ ਦੂਜੀਆਂ ਦੇ ਦਿਲ 'ਚ ਈਰਖਾ ਦੀ ਇੱਕ ਫਿੱਕੀ ਜਿਹੀ ਲਕੀਰ ਪੈ ਜਾਂਦੀ। ਪਰ ਉਹ ਚੱਲ ਸਾਨੂੰ ਕੀ ਦੀ ਰਬੜ ਨਾਲ ਹੀ ਲਕੀਰ ਮਿਟਾ ਦਿੰਦੀਆਂ। 2 ਕੁ ਸਾਲ ਬਾਅਦ ਕੁਲਦੀਪ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ, ਜਿਹਦਾ ਨਾਂ ਸੁਰਿੰਦਰ ਸਿੰਘ ਰੱਖਿਆ ਗਿਆ। ਘਰ 'ਚ ਹੋਣ ਵਾਲੇ ਸਾਰੇ ਬੱਚਿਆਂ ਦਾ ਨਾਂ ਸੂਬਾ ਸਿੰਘ ਹੀ ਰੱਖਿਆ ਕਰਦਾ ਸੀ। ਸੁਰਿੰਦਰ ਦੇ ਜਨਮ ਵੇਲੇ ਉਹ ਕੋਈ ਨਾਵਲ ਪੜ੍ਹ ਰਿਹਾ ਸੀ ਜੋ ਸੁਰਿੰਦਰ ਸਿੰਘ ਨਾਮੀ ਲੇਖਕ ਦਾ ਲਿਖਿਆ ਹੋਇਆ ਸੀ। ਉਹਦੇ ਨਾਂ 'ਤੇ ਉਹਨੇ ਬੱਚੇ ਦਾ ਨਾਂ ਰੱਖ ਦਿੱਤਾ। 2 ਸਾਲ ਮਗਰੋਂ ਕੁਲਦੀਪ ਦੇ ਸਭ ਤੋਂ ਛੋਟੇ ਮੁੰਡੇ ਦਰਸ਼ਨ ਨੇ ਜਨਮ ਲਿਆ, ਜੋ ਰੰਗ ਦਾ ਕੁਝ ਸਾਂਵਲਾ ਹੀ ਸੀ। ਇਸ ਵਕਫੇ ਦੌਰਾਨ ਬਲਦੇਵ ਦਾ ਵਿਆਹ ਵੀ ਹੋ ਗਿਆ ਸੀ, ਪੀਤੋ ਦਾ ਵੀ। ਸਾਰੀ ਕਬੀਲਦਾਰੀ ਵਿੱਚੋਂ ਛੋਟਾ ਮੁੰਡਾ ਅਤੇ ਛੋਟੀ ਕੁੜੀ ਵਿਆਹੁਣ ਵਾਲੇ ਰਹਿ ਗਏ ਸੀ। ਬਲਦੇਵ ਸਿੰਘ ਦੀ ਪਤਨੀ ਦਲਜੀਤ ਕੌਰ ਅਣਖ ਅਤੇ ਸ਼ਰਮ ਹਿਆ ਵਾਲੀ ਔਰਤ ਸੀ, ਅਧਿਆਪਕਾ ਲੱਗੀ ਸੀ। ਉਹਨੇ ਜਦ ਰਾਮ ਕੌਰ ਦੇ ਸਿਆਪੇ ਦਾ ਸੀਨ ਦੇਖਿਆ ਤਾਂ ਬੋਲੇ ਬਿਨਾਂ ਨਾ ਰਹਿ ਸਕੀ। ਉਹਨੇ ਕਹਿ ਹੀ ਦਿੱਤਾ, ਬੇਜੀ ਇਹ ਕੀ, ਸਾਡੇ ਘਰ ਤਾਂ ਕਦੇ ਇਹੋ ਜਿਹੀ ਗੱਲ ਹੋਈ ਨਹੀਂ ਸੀ। ਜੇ ਤੁਸੀਂ ਇੱਦਾਂ ਹੀ ਕਰਨਾ ਤਾਂ ਮੈਂ 2 ਪਲ ਵੀ ਇੱਥੇ ਨਹੀਂ ਰਹਿ ਸਕਦੀ। ਨੂੰ ਮਾਸਟਰ ਨਹੀਂ ਸੀ, ਜਿਸ ਕਾਰਨ ਰਾਮ ਕੌਰ ਕੁਛ ਝੱਕ ਗਈ। ਸਾਰੇ ਇਹੀ ਆਖ ਰਹੇ ਸੀ ਕਿ ਮਾਸਟਰਨੀ ਨੇ ਆ ਕੇ ਰਾਮ ਕੌਰ ਪਿੱਟਣੋਂ ਹਟਾ ਦਿੱਤੀ, ਪਰ ਅਜੇ ਵੀ ਉਹ ਅੱਗੇ ਪਿੱਛੋਂ ਦਾ ਮਾਰ ਹੀ ਜਾਂਦੀ ਸੀ। ਸਭ ਤੋਂ ਛੋਟਾ ਮੁੰਡਾ ਸੁਖਦੇਵ ਸਿੰਘ 10ਵੀਂ 'ਚ ਬਾਰ ਬਾਰ ਬ੍ਰੇਕਾਂ ਮਾਰੀ ਜਾ ਰਿਹਾ ਸੀ। ਇਹ 3ਜੀ ਵਾਰੀ ਸੀ ਜਦ ਉਹ ਫੇਲ ਹੋ ਗਿਆ। ਜੋਗਾ ਸਿੰਘ ਨੇ ਉਹਨੂੰ ਕਹਿ ਦਿੱਤਾ ਵੀ ਮੇਰੇ ਮੱਥੇ ਨਾ ਲੱਗੀ, ਉਹ ਰੁਸ ਕੇ ਚਲਾ ਗਿਆ। ਬਾਘੇ ਪੁਰਾਣੇ ਭਰਤੀ ਦਾ ਦਫ਼ਤਰ ਸੀ, ਉਹਨੇ ਆਪਣਾ ਰੁੱਖ ਉਸੇ ਪਾਸੇ ਕਰ ਲਿਆ। ਕੁਲਦੀਪ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕੁਲਵੰਤ ਕੌਰ ਕੋਲ ਗਈ, ਉਹਨੂੰ ਮੋੜ ਕੇ ਲਿਆਉਣ ਵਾਸਤੇ ਕਿਹਾ। ਕੁਲਵੰਤ ਸਾਈਕਲ ਲੈ ਕੇ ਮਗਰ ਹੀ ਗਿਆ। ਸੁਖਦੇਵ ਬਾਘੇ ਪੁਰਾਣੇ ਪਹੁੰਚ ਚੁੱਕਿਆ ਸੀ। ਕੁਲਵੰਤ ਨੇ ਉਹਨੂੰ ਮੋੜਨ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹਨੇ ਇੱਕ ਨਾ ਮੰਨੀ। ਹਾਰ ਕੇ ਕੁਲਵੰਤ ਨੇ ਜਿੱਦ ਛੱਡ ਦਿੱਤੀ। ਉਹਦਾ ਦੋਸਤ ਭਰਤੀ ਅਫਸਰ ਸੀ, ਉਹਨੇ ਸਿਫਾਰਿਸ਼ ਨਾਲ ਉਹਨੂੰ ਭਰਤੀ ਕਰਾ ਦਿੱਤਾ। ਪਰ ਜਦ ਘਰ ਪਹੁੰਚਿਆ ਤਾਂ ਹਵਾ ਦਾ ਰੁੱਖ ਬਦਲ ਚੁੱਕਾ ਸੀ। ਜੋਰਾ ਸਿੰਘ ਮੰਜਾ ਫੜੀ ਪਿਆ ਸੀ। ਉਹ ਕੁਲਵੰਤ ਨੂੰ ਆਖ ਰਿਹਾ ਸੀ ਕਿ ਮੇਰਾ ਪੁੱਤ ਘਰੋਂ ਕੱਢ ਆਇਆ, ਉਹ ਰੋਟੀ ਨਹੀਂ ਸੀ ਖਾ ਰਿਹਾ। ਉਹਦੀ ਜ਼ਿੱਦ ਸੀ ਕਿ ਪਹਿਲਾਂ ਸੁਖਦੇਵ ਨੂੰ ਹਾਜ਼ਰ ਕਰੋ, ਫਿਰ ਹੀ ਉਹ ਰੋਟੀ ਖਾਏਗਾ। ਉਹਨੇ 2 ਦਿਨ ਰੋਟੀ ਨਾ ਖਾਧੀ। ਜੋਰਾ ਸਿੰਘ ਕੁਲਵੰਤ 'ਤੇ ਕੁਝ ਔਖਾ ਰਹਿੰਦਾ ਸੀ। ਇਹਦਾ ਕਾਰਨ ਕੁਲਵੰਤ ਦਾ ਕਮਿਊਨਿਸਟ ਪਾਰਟੀ ਦਾ ਸਰਗਰਮ ਮੈਂਬਰ ਹੋਣਾ ਸੀ। ਉਹ ਪਾਰਟੀ ਦਾ ਪ੍ਰਚਾਰਕ ਵੀ ਸੀ। ਉਹ ਆਪਣੀ ਪਾਰਟੀ ਲਈ ਆਪਣਾ ਸਭ ਕੁਝ ਤਿਆਗਣ ਲਈ ਤਿਆਰ ਸੀ। ਉਹ ਪਿੰਡ 'ਚ ਜਲਸੇ ਕਰਵਾਉਂਦਾ, ਕਮਿਊਨਿਸਟ ਲੀਡਰਾਂ ਨੂੰ ਘਰ ਲਿਆ ਕੇ ਰੋਟੀ ਖਵਾਉਂਦਾ, ਨਾਅਰੇਬਾਜ਼ੀ ਕਰਦਾ, ਸਟੇਜਾਂ 'ਤੇ ਗੀਤ ਗਾਉਂਦਾ, ਦੁਕਾਨ ਵੱਲੋਂ ਅਣਗਹਿਲੀ ਕਰਦਾ। ਜੋਰਾ ਸਿੰਘ ਇਹ ਗੱਲਾਂ ਜਰ ਨਹੀਂ ਸੀ ਸਕਦਾ, ਪਰ ਕੁਲਵੰਤ ਵੀ ਪਾਰਟੀ ਦੇ ਕੰਮ ਕਰਨ ਨੂੰ ਬਾਜ਼ ਨਹੀਂ ਸੀ ਆਉਂਦਾ। ਆ ਰਹੀਆਂ ਚੋਣਾਂ ਲਈ ਉਹਨੇ ਪਾਰਟੀ ਨੂੰ ਜਿਤਾਉਣ ਲਈ ਆਪਣੀ ਪੂਰੀ ਵਾਹ ਲਾ ਦੇਣ ਦੀ ਸੋਚੀ ਸੀ। ਉਹ ਕਦੀ ਕਦੀ ਰਾਤ ਨੂੰ ਵੀ ਬਾਹਰ ਹੀ ਰਹਿੰਦਾ ਸੀ, ਪਰ ਬਦਕਿਸਮਤੀ ਨਾਲ ਕਮਿਊਨਿਸਟ ਪਾਰਟੀ ਦੇ ਵਜੂਦ 'ਚ ਚੀਰ ਆ ਗਿਆ। ਇਸ ਪਾਰਟੀ 'ਚ 2 ਧਾਰਾਵਾਂ ਨੇ ਜਨਮ ਲੈ ਲਿਆ, ਇੱਕ CPM ਭਾਵ ਮਾਰਕਸਵਾਦ ਅਤੇ ਦੂਜੀ CPI ਭਾਵ ਲੈਨਿਨਵਾਦ। ਹਰ ਵਾਦ ਦਾ ਘੇਰਾ ਵੈਸੇ ਹੀ ਸੰਕੁਚਿਤ ਹੁੰਦਾ, ਪਰ ਦੁਫਾੜ ਹੋ ਜਾਣ ਨਾਲ ਜੋ ਖਿੱਚੋਤਾਣ ਹੁੰਦੀ ਹੈ ਉਹਦਾ ਦ੍ਰਿਸ਼ ਵੀ ਅੱਖਾਂ ਸਾਹਮਣੇ ਆ ਖਲੋਂਦਾ ਹੈ। ਮਾਰਕਸਵਾਦ ਅਤੇ ਲੈਨਿਨਵਾਦ 'ਚ ਭਾਵੇਂ ਥੋੜ੍ਹਾ ਫਰਕ ਹੈ ਭਾਵੇਂ ਬਹੁਤਾ, ਪਰ ਸੋਚਣ ਦੀ ਗੱਲ ਇਹ ਸੀ ਕਿ ਇਹਨਾਂ 'ਚ ਭਰੋਸੇ ਯੋਗ ਵਿਚਾਰ ਕਿਹਦੇ ਹੈ। ਕੁਲਵੰਤ ਲੈਨਿਨਵਾਦ ਦੀ ਹਾਮੀ ਭਰਦਾ ਸੀ। ਇਹਦਾ ਕਾਰਨ ਇਹ ਸੀ ਕਿ ਉਹਨੇ ਕਮਿਊਨਿਜ਼ਮ ਲੈਨਿਨ ਦੇ ਵਿਚਾਰ ਪੜ੍ਹ ਕੇ ਹੀ ਅਪਣਾਇਆ ਸੀ। ਜਿਉਂ ਹੀ ਇਹ ਪਾਰਟੀ 2 ਵਜੂਦਾਂ 'ਚ ਸਾਹਮਣੇ ਆਈ, ਕੁਲਵੰਤ ਪਾਰਟੀ ਤੋਂ ਅਲੈਦਾ ਹੋ ਕੇ ਨਜ਼ਾਰਾ ਵੇਖਣ ਲੱਗਿਆ। ਉਹਨੇ ਪਾਰਟੀ ਵੱਲੋਂ ਮੂੰਹ ਨਹੀਂ ਸੀ ਮੋੜਿਆ। ਪਾਰਟੀ ਦੇ ਕੰਮਾਂ 'ਚ ਦਿਲਚਸਪੀ ਵੀ ਲੈਂਦਾ ਸੀ ਅਤੇ ਉਰਦੂ ਦਾ ਨਇਆ ਜ਼ਮਾਨਾ ਵੀ ਪੜ੍ਹਦਾ ਸੀ।
ਅਤੇ ਦੋਵੇਂ ਪਾਰਟੀਆਂ ਹੁਣ ਆਪਣੇ ਆਪ ਨੂੰ ਚੰਗਾ ਪ੍ਰਗਟ ਕਰਨ ਲਈ ਇੱਕ ਦੂਜੇ ਦੀ ਨਿੰਦਿਆ ਕਰਦੀਆਂ, ਆਪਣੀ ਵਡਿਆਈ। ਫਲਸਰੂਪ ਜਿੱਥੇ ਇਸ ਪਾਰਟੀ ਦੀ ਜਿੱਤ ਯਕੀਨੀ ਸੀ, ਹੁਣ ਉੱਥੇ ਹਾਰ ਵੱਟਦੇ ਪਈ ਸੀ। ਇਹਨਾਂ ਦਿਨਾਂ 'ਚ ਕੁਲਵੰਤ ਦਾ ਇੱਕ ਦੋਸਤ ਬਣਿਆ ਅਜੀਤ ਸਿੰਘ। ਇਹ ਨਵਾਂ ਨਵਾਂ ਗ੍ਰਾਮ ਸੇਵਕ ਲੱਗਿਆ ਸੀ। ਅਜੀਤ ਸਿੰਘ ਕੁਲਵੰਤ ਦੀ ਹੱਟੀ ਤੋਂ ਇੱਕ ਦੋ ਵਾਰ ਸੌਦਾ ਲੈਣ ਆਇਆ ਤਾਂ ਦੋਸਤੀ ਦੇ ਤਾਣੇ ਚੁੱਲ ਗਿਆ। ਉਹਦਾ ਮਕਾਨ ਵੀ ਹੱਟੀ ਦੇ ਨਾਲ ਲਗਵਾਂ ਸੀ। ਵਿਹਲਾ ਸਮਾਂ ਉਹ ਕੁਲਵੰਤ ਕੋਲ ਹੀ ਬਿਤਾਉਂਦਾ। ਕੁਲਵੰਤ ਦੀਆਂ ਮੁਰਗੀਆਂ ਦੇ ਆਂਡੇ ਰੋਜ਼ ਦੀਆਂ ਉੱਡਦੀਆਂ ਚੋਣਾਂ ਦੀਆਂ ਗੱਲਾਂ ਦੇ ਨਾਲ ਉਹਨਾਂ ਦੇ ਢਿੱਡਾਂ 'ਚ ਜਾਂਦੇ, ਚੋਣਾਂ ਦੇ ਬਹਿਸ ਕਰਨ ਲਈ ਬਲ ਬਖਸ਼ਦੇ। ਕੁਲਵੰਤ ਦਾ ਵੱਡਾ ਮੁੰਡਾ ਪੜ੍ਹਨੇ ਪੈ ਗਿਆ, ਇਹ ਲੱਤਾਂ ਵਿੱਚ ਸੁਖਦੇਵ ਦੀ ਥਾਂ ਉਹਨੇ ਲੈ ਲਈ। ਉਹਨੂੰ ਖਾਣ ਲਈ ਗੁੜ ਨਾ ਮਿਲਦਾ ਤਾਂ ਉਹ ਬੇਬੇ ਨੂੰ ਰੋਂਦਾ। ਉਹ ਸਾਰਾ ਦਿਨ ਖੇਡਾਂ 'ਚ ਹੀ ਬਿਤਾਉਂਦਾ। ਉਹਦਾ ਮੁੱਖ ਸ਼ੌਕ ਸੂਏ 'ਚ ਇਸ਼ਨਾਨ ਕਰਨਾ, ਅਤੇ ਉਹ ਵੀ ਪੁਲ ਤੋਂ ਛਾਲਾ ਮਾਰ ਕੇ। ਫਿਰ ਉਹ ਗੁੱਲੀ ਡੰਡਾ ਅਤੇ ਬੰਟੇ ਖੇਡਦਾ। ਉਹਨੂੰ ਰੋਜ਼ਾਨਾ ਕੁੱਟ ਪੈਂਦੀ, ਪਰ ਉਹਨੇ ਕਦੇ ਪਰਵਾਹ ਨਹੀਂ ਸੀ ਕੀਤੀ। ਉਹ ਬਚਪਨ 'ਚ ਹੀ ਜਾਣ ਗਿਆ ਸੀ ਕਿ ਦੋ ਪਹੀਆਂ ਵਿਸਰ ਗਈਆਂ ਸਦਕੇ ਢੂਈ ਦੇ। ਪਹਿਲਾਂ ਤਾਂ 2-4 ਦਿਨ ਉਹ ਪੜ੍ਹਨ ਲਈ ਨਾ ਗਿਆ, ਪਰ ਫਿਰ ਕਦੀ ਗੈਰ ਹਾਜ਼ਰ ਨਹੀਂ ਸੀ ਹੋਇਆ। ਉਹ ਬਗੈਰ ਪੜ੍ਹਿਓਂ ਵੀ ਪੜ੍ਹਾਈ 'ਚ ਹੁਸ਼ਿਆਰ ਸੀ। ਕੁਲਵੰਤ ਦੀ ਕੁੜੀ ਬਲਜੀਤ ਬਹੁਤ ਭੋਲੀ ਸੀ। ਉਹ ਸਾਰਾ ਦਿਨ ਪੈਰਾਂ 'ਤੇ ਮਿੱਟੀ ਦੇ ਘਰ ਬਣਾਉਂਦੀ, ਗੀਤ ਗਾਉਂਦੀ ਰਹਿੰਦੀ। ਕਦੀ ਕਦੀ ਉਹ ਮੱਥੇ 'ਤੇ ਉਂਗਲ ਘਸਾ ਕੇ ਸੋਹਣ ਚਿੜੀ ਵੀ ਪਾ ਲੈਂਦੀ। ਕਦੇ ਕਦੇ ਉਹ ਇਹੋ ਜਿਹੀ ਗੱਲ ਕਹਿ ਦਿੰਦੀ ਜੋ ਸਾਰਿਆਂ ਲਈ ਹਾਸੇ ਦੀ ਸਮੱਗਰੀ ਬਣ ਜਾਂਦੀ। ਕੁਲਵੰਤ ਦਾ ਕੁੜੀ ਤੋਂ ਛੋਟਾ ਮੁੰਡਾ ਸੁਰਿੰਦਰ ਬਹੁਤ ਸੁੰਦਰ ਸੀ। ਇਸੇ ਕਾਰਨ ਉਹਦਾ ਪੜਦਾਦਾ ਉਹਨੂੰ ਮੂਰਤੀ ਕਹਿ ਕੇ ਸੱਦਿਆ ਕਰਦਾ ਸੀ, ਭਾਵ ਮੂਰਤ ਵਰਗੀ ਸ਼ਕਲ ਵਾਲਾ। ਉਹ ਤੋਤਲੀਆਂ ਗੱਲਾਂ ਕਰਕੇ ਹਰ ਇੱਕ ਦਾ ਮਨ ਮੋਹ ਲੈਂਦਾ। ਉਹ ਜਦੋਂ ਗਾਣੇ ਗਾਉਂਦਾ ਤਾਂ ਹਾਲੀ ਹਲ ਛੱਡ ਦਿੰਦੇ। ਜੋਰਾ ਸਿੰਘ ਨੇ ਕਿਸੇ ਬੱਚੇ ਨੂੰ ਉਂਗਲ ਨਾਲ ਨਹੀਂ ਸੀ ਲਾਇਆ, ਪਰ ਸੁਰਿੰਦਰ ਹੀ ਪਹਿਲਾ ਖੁਸ਼ਕਿਸਮਤ ਮੁੰਡਾ ਸੀ ਜਿਹਨੂੰ ਉਹ ਚੁੱਕ ਕੇ ਖਿਡਾਇਆ ਕਰਦਾ ਸੀ। ਕੁਲਵੰਤ ਦੇ ਦੋ ਦੋਸਤ, ਅਜੀਤ ਸਿੰਘ ਨੇ ਉਹਦਾ ਨਾਂ ਗੰਦਾ ਮੁੰਡਾ ਰੱਖਿਆ ਸੀ। ਕੁਲਵੰਤ ਦਾ ਸਭ ਤੋਂ ਛੋਟਾ ਮੁੰਡਾ ਦਰਸ਼ਨ ਅਜੇ ਛੋਟਾ ਹੀ ਸੀ ਅਤੇ ਉਹਦਾ ਰੋਣ 'ਤੇ ਹੀ ਜ਼ੋਰ ਸੀ। ਅੰਗ 13 ਚੋਣ ਨਿਸ਼ਾਨ ਦਾਤਲੀ ਛਿੱਤਾ ਚੋਣ ਨਿਸ਼ਾਨ ਮੈਂ ਨਹੀਂ ਪਹਿਲਾਂ ਖਲਾ ਦੇ ਖਲਾਂ ਦੇ ਨਹੀਂ ਪਹਿਲਾਂ ਫੇਰ ਕਹਿ ਮੇਲੀ ਦੇਂਦ ਦੇਂਦੇ ਮੈਂ ਤੇਰੇ ਨਾਲ ਖੇਲੂੰਗਾ। ਕੁਲਵੰਤ ਆਪਣੇ ਬੱਚੇ ਸੁਰਿੰਦਰ ਨਾਲ ਲਾਡ ਕਰ ਰਿਹਾ ਸੀ। ਉਹਨੇ ਸੁਰਿੰਦਰ ਨੂੰ ਦਾਤਰੀ ਛਿੱਟਾ ਤੋਤੇ ਵਾਂਗ ਰਟਾਇਆ ਸੀ। ਰਾਜਨੀਤੀ ਅਜਿਹਾ ਵੱਲਾ ਰੋਗ ਹੈ ਜੋ ਇੱਕ ਵਾਰੀ ਚੰਬੜਿਆ ਜ਼ਿੰਦਗੀ ਭਰ ਮਗਰੋਂ ਨਹੀਂ ਲੈਂਦਾ। ਕੁਲਵੰਤ ਭਾਵੇਂ ਬੱਚੇ ਨਾਲ ਹੀ ਲਾਡ ਕਰ ਰਿਹਾ ਹੁੰਦਾ, ਪਰ ਉਹਦੀ ਹਰ ਗੱਲ ਵਿੱਚੋਂ ਰਾਜਨੀਤੀ ਝਲਕਾਂ ਮਾਰਦੀ। ਉਹਨੂੰ ਹੁਣ ਵੀ ਜਲਸਿਆਂ 'ਚ ਜਾਣ ਦੀ ਭੱਲ ਪੈਂਦੀ, ਪਰ ਉਹ ਲੋਕਾਂ ਦੇ ਬਹੁਰੂਪੀਏਪਨ ਵੱਲ ਝਾਤੀ ਮਾਰ ਕੇ ਸਬਰ ਦਾ ਘੁੱਟ ਭਰ ਲੈਂਦਾ। ਕਾਮਰੇਡ ਸਾਹਿਬ, ਬਾਹਰੋਂ ਆਉਂਦੇ ਅਜੀਤ ਸਿੰਘ ਨੇ ਨਾਰਾ ਬੁਲੰਦ ਕੀਤਾ। ਉਹ ਆ ਕੇ ਬੂਹੇ 'ਚ ਖੜ੍ਹ ਗਿਆ ਅਤੇ ਸੁਰਿੰਦਰ ਵੱਲ ਵੇਖਣ ਲੱਗਾ। ਸੁਰਿੰਦਰ ਬਿੱਲੀ ਨੂੰ ਦੇਖ ਕੇ ਸਹਿਮੇ ਕਬੂਤਰ ਵਾਂਗ ਹੋ ਗਿਆ। ਉਹਨੂੰ ਬਾਹਰ ਭੱਜਣ ਦਾ ਕੋਈ ਰਾਹ ਨਹੀਂ ਸੀ ਲੱਭ ਰਿਹਾ। ਸੁਰਿੰਦਰ 4 ਦਾ ਹੋ ਗਿਆ ਸੀ, ਪਰ ਕੱਛੀ ਨਹੀਂ ਸੀ ਪਾਉਂਦਾ। ਅਜੀਤ ਸਿੰਘ ਦਾ ਡਰ ਉਹਦੇ ਮਨ 'ਤੇ ਬੈਠ ਗਿਆ ਸੀ, ਕਿਉਂਕਿ ਉਹ ਕੈਂਚੀ ਚੁੱਕ ਲੈਂਦਾ ਸੀ। ਫੌਜੀਆ ਫੜਾਈ ਘਰਾਂ ਕੈਂਚੀ, ਅਜੀਤ ਸਿੰਘ ਮੁਸਕਰਾਉਂਦਾ ਹੋਇਆ ਬੋਲਿਆ, ਤੱਛੀ ਪਾਉਂਦਾ। ਸੁਰਿੰਦਰ ਨੇ ਤੋਤਲੀ ਆਵਾਜ਼ 'ਚ ਤਰਲਾ ਲਿਆ, ਨਹੀਂ ਅੱਜ ਨਹੀਂ ਮੈਂ ਛੱਡਦਾ। ਦੱਸੀ ਕਾਮਰੇਡਾ ਕਿੱਥੇ ਪਈ ਆ ਕੈਂਚੀ? ਇਹ ਗੰਦਾ ਮੁੰਡਾ ਉੱਦਾਂ ਨਹੀਂ ਆਖੇ ਲੱਗਦਾ, ਕਹਿੰਦਾ ਹੋਇਆ ਅਜੀਤ ਸਿੰਘ ਅੱਗੇ ਵਧਿਆ। ਸੁਰਿੰਦਰ ਲਈ ਇਹ ਸੁਨਹਿਰਾ ਮੌਕਾ ਸੀ। ਉਹ ਪੂਰਾ ਤਾਣ ਲਾ ਕੇ ਭੱਜਿਆ। ਉਹਦੀ ਇਹ ਹਾਲਤ ਵੇਖ ਕੇ ਦੋਵੇਂ ਹੱਸਦੇ ਲੋਟ ਪੋਟ ਹੋ ਰਹੇ ਸੀ। ਸੁਰਿੰਦਰ ਨੇ ਘਰ ਜਾ ਕੇ ਸਾਹ ਲਿਆ। ਕੁਲਦੀਪ ਬੈਠੀ ਦਾਲ ਚੁਗ ਰਹੀ ਸੀ। ਸੁਰਿੰਦਰ ਘਰਕਦਾ ਹੋਇਆ ਉਸ ਕੋਲ ਆ ਖੜਿਆ, ਬੀਬੀ ਉੱਥੀ ਅਤੇ ਛੇਤੀ ਤਲੀ ਛੇਵਾ ਦਲਾਮ। ਗ੍ਰਾਮ ਸੇਵਕ ਆ ਦਿਆ, ਮੇਲੇ ਤੱਛੀ ਪਾ ਦੇ, ਉੱਥਦੀ ਨਹੀਂ ਹੋਏ, ਉਹ ਤੈਂਚੀ ਲਈ ਆਉਂਦਾ। ਸੁਰਿੰਦਰ ਦੇ ਮੱਥੇ ਦੀਆਂ ਤਿਊੜੀਆਂ ਦੇਖ ਕੇ ਕੁਲਦੀਪ ਨੂੰ ਵੀ ਹਾਸਾ ਆ ਗਿਆ। ਉਹ ਦਾਲ ਵਾਲੀ ਥਾਲੀ ਮੰਜੇ 'ਤੇ ਰੱਖ ਕੇ ਉੱਠ ਖੜੀ, ਬੀਬੀ ਨਹੀਂ। ਬਾਹਰੋਂ ਆਉਂਦੇ ਜੱਗੇ ਨੇ ਕੁਲਦੀਪ ਨੂੰ ਆਵਾਜ਼ ਮਾਰੀ, ਪਰ ਜਵਾਬ ਨਾ ਮਿਲਿਆ। ਬੀਬੀ ਇਹ ਕਿੱਥੇ ਮਰ ਗਈ? ਕੀ ਗੱਲ ਹੋ ਗਈ ਵੇ, ਇੰਨਾ ਔਖਾ ਹੁੰਦਾ? ਸੁਭਾਅ 'ਚ ਬੈਠੀ ਸੂਬਾ ਸਿੰਘ ਦੀ ਪਤਨੀ ਗੁਰਨਾਮ ਕੌਰ ਨੇ ਕਿਹਾ, ਤੂੰ ਬੈਠੀ ਰਹਿ ਟਿੱਕੇ, ਜੱਗੇ ਦੀ ਆਪਣੀ ਚਾਚੀ ਨਾਲ ਬਿਲਕੁਲ ਨਹੀਂ ਸੀ ਬਣਦੀ। ਇਹ ਜਵਾਬ ਸੁਣ ਕੇ ਉਹ ਚੁੱਪ ਕਰ ਗਈ। ਜੱਗਾ ਅੰਦਰ ਚਲਿਆ ਗਿਆ। ਬੀਬੀ ਕੜੀ ਬੀਜੀ ਨਾ ਹੋਵੇ ਤਾਂ ਸੁਣਦੀ ਹੀ ਨਹੀਂ, ਕੀ ਕਹਿੰਦਾ ਤੂੰ? ਕੁਲਦੀਪ ਨੇ ਹੌਲੀ ਆਵਾਜ਼ 'ਚ ਸਵਾਲ ਕੀਤਾ। ਸਾਡੇ ਮਾਸਟਰਾਂ ਨੇ 2 ਆਪਣੇ ਪਿੰਡ ਰਹਿਣਾ, ਵੋਟਾਂ ਪੈਣੀਆਂ ਹੈ ਨਾ, ਤਾਂ ਕਰਕੇ। ਉਹ ਕਹਿੰਦੇ ਇੱਕ ਬਿਸਤਰਾ ਤੂੰ ਵੀ ਲੈ ਕੇ ਆ। ਜੱਦੇ ਮੈਂ ਵੀ ਤੇਲੇ ਮਾਸਟਲ ਤੋਲ ਦਊਂਦਾ। ਸੁਰਿੰਦਰ ਕੱਛੀ ਪਹਿਨ ਕੇ ਤਿਆਰ ਹੋ ਗਿਆ। ਚੁੱਪ ਕਰ ਤੂੰ ਵੱਡਾ ਨਾਡੂ ਖਾਂ, ਮੈਂ ਤੇਰੀ ਬੀਨ ਜੀ ਵਜਾ ਦੂੰ ਪਾਂ। ਜੱਗਾ ਉਹਦੇ ਜੂੜੇ ਨੂੰ ਹੱਥ ਲਾਉਂਦਾ ਬੋਲਿਆ,
ਫੇਲ ਤਾਂ ਸੁਰਿੰਦਰ ਨੂੰ ਉਹਦਾ ਪਾਂ ਕਹਿਣਾ ਚੰਗਾ ਲੱਗਿਆ। ਚੁੱਪ ਹੈ ਚੁੱਪ, ਸਾਡੇ ਮਾਸਟਰ ਕੁੱਟਦੇ ਬਲਾਂ ਹੈ ਪਾਂ। ਫੇਲ ਤਲ ਬੀਬੀ ਨਹੀਂ ਦਹੀਂ ਬਿਸਤਰਾ, ਮੈਂ ਕਿੱਥੋਂ ਦੇਵਾਂ, ਆਪਦੀ ਬੇਬੇ ਨੂੰ ਕਹਿ। ਮੈਨੂੰ ਨਹੀਂ ਪਤਾ ਬੇਬੇ ਬੂਬੇ ਦਾ, ਮੈਨੂੰ ਤਾਂ ਬਿਸਤਰਾ ਦੇ ਤੂੰ। ਕੱਲ੍ਹ ਜਿਹੜਾ ਬਿਸਤਰਾ ਬੇਬੇ ਨੇ ਸੰਦੂਕ 'ਚੋਂ ਕੱਢਿਆ ਸੀ ਉਹ ਅਜੇ ਬਾਹਰ ਹੀ ਪਿਆ, ਲੈ ਜਾ। ਕੁਲਦੀਪ ਬਾਹਰ ਆ ਗਈ। ਜੱਗੇ ਨੇ ਪਿੱਤਲ ਦਾ ਗਲਾਸ ਲੈ ਕੇ ਘੜੇ 'ਚੋਂ ਪਾਣੀ ਪਾ ਕੇ ਪੀਤਾ, ਖਾਲੀ ਗਲਾਸ ਵਿਹੜੇ 'ਚ ਸੁੱਟ ਦਿੱਤਾ। ਇਹ ਆਦਤ ਉਹਨੇ ਸੁਖਦੇਵ ਤੋਂ ਸਿੱਖੀ ਸੀ। ਉਹਨੇ ਨਵਾਂ ਬਿਸਤਰਾ ਚੁੱਕਿਆ, ਭੱਜ ਗਿਆ। ਜਦੋਂ ਰਾਮ ਘਰ ਆਈ ਉਹੀ ਹੋਇਆ ਜਿਹਦਾ ਡਰ ਸੀ। ਉਹ ਕੁਲਦੀਪ ਨੂੰ ਬਿਸਤਰਾ ਲਿਆਉਣ ਵਾਸਤੇ ਕਹਿ ਰਹੀ ਸੀ। ਮੁੱਲਾਂ ਦੀ ਦੌੜ ਮਸੀਤ ਤੱਕ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਉਹਨੇ ਆਖਰੀ ਹਥਿਆਰ ਵਰਤਿਆ, ਭਾਵ ਸੱਥਰ ਵਿਛਾ ਲਿਆ। ਡਰਾਇੰਗ ਮਾਸਟਰ ਅਤੇ ਉਹਦੀ ਪਤਨੀ ਕੋਟ ਈਸੇ ਖਾਂ ਪੜ੍ਹਾਉਣ ਲੱਗ ਪਏ ਸੀ। ਹੁਣ ਰਾਮ ਕੌਰ ਕਿਸੇ ਦੀ ਸ਼ਰਮ ਨਹੀਂ ਸੀ ਕਰਦੀ। ਮਾਸਟਰਨੀ ਨੂੰ ਘਰੇ ਨਹੀਂ ਸੀ, ਰਾਮ ਕੌਰ ਉਹ ਤੋਂ ਹੀ ਮਾੜਾ ਮੋਟਾ ਝੱਕਦੀ ਸੀ। ਹੁਣ ਘਰ ਵਾਲਾ ਘਰ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ ਵਾਲੀ ਗੱਲ ਸੀ। ਪਰ ਹੁਣ ਕੁਲਦੀਪ ਵੀ ਸੱਸ ਦੀ ਪੂਰੀ ਬਰਾਬਰੀ ਕਰਦੀ ਸੀ। ਮੇਣਿਆਂ ਦਾ ਜਵਾਬ ਮੇਣਿਆਂ 'ਚ, ਗਾਲਾਂ ਦਾ ਜਵਾਬ ਗਾਲਾਂ 'ਚ। ਜਦ ਵੀ ਘਰ 'ਚ ਲੜਾਈ ਹੁੰਦੀ ਤਾਂ ਘਰ ਦੇ ਸਾਰੇ ਵਿਹੜੇ 'ਚ ਚੁੱਪ ਵਰਤ ਜਾਂਦੀ। ਸੁਰਿੰਦਰ ਵੀ ਸਹਿਮ ਜਿਹਾ ਜਾਇਆ ਕਰਦਾ। ਅੱਜ ਵੀ ਉਹ ਮਾਂ ਦੀ ਗੋਦ 'ਚ ਲੁਕਿਆ ਰਿਹਾ। ਅੱਗੇ ਵੀ ਜਦੋਂ ਗੀਤ ਗਾ ਕੇ ਜਾਂ ਫਿਰ ਤੁਰ ਫਿਰ ਕੇ ਥੱਕ ਜਾਂਦਾ ਤਾਂ ਮਾਂ ਕੋਲ ਆ ਜਾਂਦਾ। ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ, ਛੱਜੂ ਦੇ ਚੁਬਾਰੇ ਨਾਲੋਂ ਵੀ ਵੱਧ ਸੁੱਖ ਮਾਂ ਦੀ ਨਿੱਘੀ ਗੋਦ 'ਚ ਹੁੰਦੇ ਹੈ। ਬੇਫਿਕਰਾ ਬਚਪਨ ਆਪਣੇ ਉੱਪਰ ਆਈਆਂ ਮੁਸੀਬਤਾਂ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਹੈ ਕਿ ਉਹਦੀ ਰਾਖੀ ਲਈ ਉਹਦੀ ਮਾਂ ਹੈ। ਇਸੇ ਲਈ ਮਾਵਾਂ ਨੂੰ ਠੰਡੀਆਂ ਛਾਵਾਂ ਕਿਹਾ ਗਿਆ। ਜੇ ਇੱਕ ਬਦਕਿਸਮਤ ਬੱਚਾ ਘਰ 'ਚ ਹੈ ਸੀ ਤਾਂ ਉਹ ਸੀ ਗੁਰਚਰਨ। ਉਹਦੇ ਸਿਰ 'ਤੇ ਮਾਂ ਦਾ ਸਾਇਆ ਨਹੀਂ ਸੀ, ਉਹਦੀਆਂ ਅੱਖਾਂ ਵਿੱਚ, ਉਹਦੇ ਦਿਲ 'ਚ ਮਾਂ ਪਿਆਰ ਦੀ ਸਿੱਕ ਸੀ। ਪਿਆਰ ਵੀ ਹੋਣਾ ਮਨੁੱਖ ਅਜਿਹੇ ਰੁੱਖ ਵਾਂਗ ਬਣ ਜਾਂਦਾ ਜਿਹਦੇ ਸਾਰੇ ਪੱਤੇ ਝੜਨ ਦੇ ਨਾਲ ਨਾਲ ਟਹਿਣੀਆਂ ਵੀ ਟੁੱਟ ਗਈਆਂ ਹੋਣ। ਗੁਰਚਰਨ ਦੀ ਦੂਜੀ ਮਾਂ ਹੈ ਸੀ ਪਰ ਗੁਰਚਰਨ ਉਹਦਾ ਪੁੱਤ ਨਹੀਂ ਸੀ। ਕਰਤਾਰ ਸਿੰਘ ਬੀਕਾਨੇ ਰਹਿੰਦਾ ਸੀ ਪਰ ਆਪਣੇ ਪੁੱਤ ਨੂੰ ਪਿੰਡ ਹੀ ਛੱਡਿਆ ਹੋਇਆ ਸੀ। ਬਚਪਨ 'ਚ ਭਾਵੇਂ ਉਹਨੂੰ ਮਾਂ ਦੇ ਪਿਆਰ ਦਾ ਬਹੁਤਾ ਪਤਾ ਨਹੀਂ ਸੀ, ਪਰ ਜਿਉਂ ਜਿਉਂ ਵੱਡਾ ਹੋਈ ਜਾ ਰਿਹਾ ਸੀ ਉਹਦੇ ਦਿਲ 'ਚ ਇੱਕ ਤੜਫਣੀ ਵੱਧਦੀ ਜਾ ਰਹੀ ਸੀ। ਗੁਰਚਰਨ ਅਤੇ ਜਗਦੀਸ਼ ਆਣੋ ਹਾਣੀ ਸੀ, ਜਿਸ ਕਾਰਨ ਉਹਨਾਂ ਦੀ ਆਪਸ 'ਚ ਕਦੇ ਨਹੀਂ ਸੀ ਬਣੀ। ਵੱਡਾ ਹੋਣ ਕਰਕੇ ਜੱਗਾ ਉਹਨੂੰ ਕੁੱਟ ਜਾਂਦਾ, ਉਹ ਰੀ ਰੀ ਕਰਦਾ ਘਰੇ ਆ ਵੜਦਾ। ਜਦੋਂ ਸਾਰਾ ਸਹਿਮ ਖਤਮ ਹੋ ਜਾਂਦਾ ਤਾਂ ਸੁਰਿੰਦਰ ਮਾਂ ਦੀ ਗੋਦ 'ਚੋਂ ਨਿਕਲਿਆ ਅਤੇ ਬਾਹਰ ਹੋ ਤੁਰਿਆ। ਬਾਹਰ ਨਿਕਲ ਕੇ ਉਹ ਸੱਜੇ ਹੱਥ ਹੋ ਤੁਰਿਆ ਜਿੱਧਰ ਉਹਨਾਂ ਦਾ ਵਾੜਾ ਸੀ। ਵਾੜੇ 'ਚ ਜੋਰਾ ਸਿੰਘ ਬੋਤੇ ਦੀ ਵਾਗ ਫੜੀ ਬਾਹਰ ਜਾਣ ਨੂੰ ਤਿਆਰ ਸੀ। ਬਾਬੇ ਮੈਂ ਵੀ ਤੇਲੇ ਨਾਲ ਦਾਣਾ, ਮੈਨੂੰ ਵੀ ਬੋਤੇ 'ਤੇ ਬਾ, ਮੈਂ ਵੀ ਖੇਤ ਦਾਣਾ ਬਾ ਵੀ। ਸੁਰਿੰਦਰ ਖੜਾ ਹੀ ਹੱਥ ਪੈਰ ਮਾਰਨ ਲੱਗ ਪਿਆ ਸੀ। ਧੀ ਤੈਨੂੰ ਕਿਹਨੇ ਦੱਸਤਾ ਓਏ, ਜਮਦੂਤ ਪਰਲੇ ਜ਼ਮਾਨੇ ਦਾ। ਜੋਰਾ ਸਿੰਘ ਨੇ ਮੂੰਹ ਚੜ੍ਹੀ ਗਾਲ ਪੋਤੇ ਨੂੰ ਕੱਢੀ। ਊ ਬਾ ਬੋਤੇ 'ਤੇ ਮੈਂ ਤੇਲੇ ਨਾਲ ਦਾਣਾ। ਸੁਰਿੰਦਰ ਬਾਬੇ ਦੀਆਂ ਲੱਤਾਂ ਨਾਲ ਚੰਬੜ ਗਿਆ। ਮਗਰ ਠਹਿਰ ਜਾ, ਜੋਰਾ ਸਿੰਘ ਨੇ ਉਹਨੂੰ ਚੱਕ ਕੇ ਬੋਤੇ 'ਤੇ ਬਿਠਾ ਦਿੱਤਾ। ਖੱਬੇ ਹੱਥ ਦਾਤੀ ਮੋਢੇ 'ਤੇ ਪੱਠਣ ਬੰਨਣ ਲਈ ਰੱਸੇ ਦੇ ਸੱਜੇ ਹੱਥ ਵਾਂਗ ਫੜੀ ਜੋਰਾ ਸਿੰਘ ਤੁਰ ਪਿਆ। ਬਾਹਰ ਵੀਹੀ 'ਚੋਂ ਨਿਕਲਦਾ ਸੁਰਿੰਦਰ ਮੁਸਕਰਾਈ ਜਾ ਰਿਹਾ ਸੀ। ਉਹ ਕਿਸੇ ਜੇਤੂ ਜਰਨੈਲ ਵਾਂਗ ਹਿੱਕ ਕਕੜਾਈ ਆਪਣੇ ਘਰ ਵੱਲ ਦੇਖ ਰਿਹਾ ਸੀ। ਛੇਤੀ ਉਹ ਖੇਤ ਪਹੁੰਚ ਗਏ। ਅੱਗੇ ਕਿੱਕਰ ਸਿੰਘ ਅਤੇ ਵਿਸਾਖਾ ਸਿੰਘ ਖੂਹ 'ਤੇ ਬੈਠੇ ਫਸਲਾਂ ਦੀ ਆਮਦ ਬਾਰੇ ਅੱਜ ਕੱਲ੍ਹ ਦੇ ਹਾਲਾਤ 'ਤੇ ਤਬਸਰਾ ਕਰ ਰਹੇ ਸੀ। ਆ ਵੀ ਜੋਰਾ ਸਿੰਘ, ਤੇਰੇ ਪੋਤੇ ਦੀਆਂ ਉਡੀਕਾਂ ਕਰਦੇ ਸੀ ਬੈਠੇ, ਵਿਸਾਖਾ ਸਿੰਘ ਬੋਲਿਆ। ਕਾਹਦਾ ਹੈ ਯਾਰ, ਅਤੇ ਨਿੱਤੀ ਤਿਆਰ ਹੋ ਜੂ। ਚੰਗਾ ਹੈ, ਦਿਲ ਲਾਈ ਰੱਖਦਾ ਹੈ। ਕਿੱਕਰ ਸਿੰਘ ਨੇ ਸੁਰਿੰਦਰ ਦਾ ਆਉਣਾ ਚੰਗਾ ਸਮਝਿਆ। ਮੁੱਖਾ ਹੋ, ਜੇ ਬੰਦੇ ਦਾ ਚੇਤੀ ਨਾ ਲੱਗੇ ਤਾਂ ਜਿਉਣ ਕੀ ਹੈ, ਵਿਸਾਖਾ ਸਿੰਘ ਨੇ ਹਾਮੀ ਭਰੀ। ਕਿੱਕਰ ਸਿਆਂ, ਐਤਕੀ ਤੁਹਾਡੀ ਮੱਕੀ ਤਾਂ ਵਾਹਵਾ ਹੋ ਗਈ, ਟਾਲੀ ਨਾਲ ਬੋਤਾ ਬੰਨਦਾ, ਜੋਰਾ ਸਿੰਘ ਬੋਲਿਆ। ਉਮੀਦੋਂ ਬਾਹਰੀ ਹੋਈ ਹੈ ਜੋਰਾ ਸਿਆਂ, ਚਿੱਤ ਤਾਂ ਗੇੜੇ ਖਾਂਦਾ ਸੀ ਜਦੋਂ ਬੀਜੀ ਸੀ, ਪਰ ਵਾਖਰੂ ਦੀ ਕਿਰਪਾ ਨਾਲ ਫਸਲ ਸੋਹਣੀ ਹੋ ਗਈ, ਕਿੱਕਰ ਸਿੰਘ ਨੇ ਜਵਾਬ ਦਿੱਤਾ। ਮੈਂ ਤਾਂ ਡਰਦੇ ਨੇ ਨਹੀਂ ਬੀਜੀ ਸੀ, ਮੈਂ ਕਿਹਾ ਜੇ ਪਰ ਵਾਂਗ ਹੋ ਗਿਆ ਤਾਂ ਉਮੀਦਾਂ 'ਤੇ ਪਾਣੀ ਫਿਰ ਜੂ, ਐਤਕੀ ਕੀ ਬੀਜਣ ਦਾ ਵਿਚਾਰ। ਵਿਸਾਖਾ ਸਿੰਘ ਜੋਰਾ ਸਿੰਘ ਨੂੰ ਮੁਖਾਤਬ ਹੋਇਆ। ਬੀਜੜ ਹੀ ਬੀਜਣਾ ਮੈਂ ਤਾਂ, ਨਾ ਬੀਜੜ ਕਿਉਂ ਬੀਜਣਾ, ਹੁਣ ਤਾਂ ਠੁਣੀਏ ਰਾਮ ਹੋਰੀ ਕਿੰਨਾ ਕੁਛ ਦੱਸਦੇ ਆ ਆਥਣ ਵੇਲੇ। ਵਿਸਾਖਾ ਸਿੰਘ ਨੇ ਪੰਚਾਇਤ ਨੂੰ ਮਿਲੇ ਰੇਡੀਓ 'ਤੇ ਸੁਣੇ ਪ੍ਰੋਗਰਾਮ ਦੀ ਗੱਲ ਕੀਤੀ। ਹਾਹੋ ਮੱਖ, ਨਾਲੇ ਹਸਾਉਂਦੇ ਵੀ ਕਿੰਨਾ। ਕਿੱਕਰ ਸਿੰਘ ਨੇ ਹਾਮੀ ਭਰੀ। ਬਹਿ ਜਾਓ ਇੱਥੇ, ਮੈਂ ਭਰੀ ਪੱਠਿਆਂ ਦੀ ਵੱਢ ਲਿਆਵਾਂ। ਬਾਬੇ ਦਾ ਹੁਕਮ ਮੰਨ ਕੇ ਸੁਰਿੰਦਰ ਪਹਿਲਾਂ ਬੈਠੇ ਬੰਦਿਆਂ ਨਾਲ ਮੰਜੇ 'ਤੇ ਬੈਠ ਗਿਆ।
ਜੋਰਾ ਸਿੰਘ ਪੱਠੇ ਵੱਢਣ ਤੁਰ ਪਿਆ। ਅੱਜ ਫੇਰ ਕਿਹੜਾ ਗੀਤ ਸੁਣਾਏਂਗਾ, ਵਿਸਾਖਾ ਸਿੰਘ ਨੇ ਸੁਰਿੰਦਰ ਨੂੰ ਪੁੱਛਿਆ। ਤੋਈ ਨਹੀਂ, ਸੁਰਿੰਦਰ ਨੇ ਟਕੇ ਅਰਗਾ ਜਵਾਬ ਦਿੱਤਾ। ਨਾ ਬਈ, ਇੱਦਾਂ ਨਹੀਂ ਗੱਡੀ ਲੀਹੇ ਪੈਣੀ। ਚੱਲ ਗੀਤ ਸੁਣਾ, ਤੈਨੂੰ ਛੱਲੀ ਦਿਉਂਗਾ, ਕਿੱਕਰ ਸਿੰਘ ਨੇ ਲਾਲਚ ਦਿੱਤਾ। ਖਾ ਖਾ ਵਖਾਵਾਂ, ਤੂੰ ਵੇਖ ਕੇ ਫੂਕ ਮਾਰਨੀ ਹੈ, ਛੱਲੀ ਖਾਣੀ ਹੈ ਕਿ ਗਾਉਣਾ ਹੀ ਨਹੀਂ ਆਉਂਦਾ, ਸੁਣਾਵੇ ਕੀ ਆਉਂਦਾ। ਸੁਰਿੰਦਰ ਨੇ ਜ਼ੋਰ ਨਾਲ ਸਿਰ ਹਾਂ 'ਚ ਹਿਲਾਇਆ। ਆਉਂਦਾ ਹੋਵੇ ਤਾਂ ਸੁਣਾਵੇ ਨਾ, ਪਹਿਲਾਂ ਥੱਲੀ ਦੇ। ਲਿਆ ਵੀ ਵਿਸਾਖਾ ਸਿੰਘ ਦੇ ਮੁੰਡੇ ਨੂੰ ਛੱਲੀ। ਵਿਸਾਖਾ ਸਿੰਘ ਖੜੀ ਫਸਲ 'ਚੋਂ ਇੱਕ ਛੱਲੀ ਤੋੜ ਲਿਆਇਆ ਅਤੇ ਸੁਰਿੰਦਰ ਦੇ ਹਵਾਲੇ ਕਰਤੀ। ਲੈ ਸ਼ੇਰਾ, ਸੁਣਾ ਹੁਣ ਗੀਤ। ਮੈਂ ਉਹ ਛਨਾਊਂ ਉਹ ਦਿਲ ਆ ਉਹ, ਹਾਂ ਹਾਂ ਉਹੀ ਸੁਣਾ। ਸੁਰਿੰਦਰ ਦੀ ਨਿਗਾਹ ਛੱਲੀ 'ਚ ਸੀ, ਉਹਦਾ ਮਨ ਕਰਦਾ ਸੀ ਛੇਤੀ ਛੱਲੀ ਖਾਧੀ ਜਾਵੇ, ਪਰ ਇੱਥੇ ਗੀਤ ਸੁਣਾਉਣਾ ਵੀ ਜ਼ਰੂਰੀ ਸੀ। ਉਹਨੇ ਗਾਉਣਾ ਸ਼ੁਰੂ ਕੀਤਾ। ਵਾਧਾ ਮਾਲ ਦੇ ਬੱਤਲੀਆਂ ਵਾਲੇ ਫੱਤੇ ਦੇ ਲੰਮਾਲ ਭੁੱਲਦੀ, ਵਾਧਾ ਮਾਲ ਦੇ ਹੋ ਵਾਹ ਬਈ ਵਾਹ। ਹੁਣ ਦੂਜਾ ਸੁਣਾ। ਮੇਲੀ ਦਿਦਪੀ ਚਲੀ ਦੇ ਵਿੱਚ ਦਾਨੀ ਵੇ ਤੱਤ ਲਿਆਈ, ਹਏ ਵੇ ਤੱਤ ਲਿਆਈ ਮੋਲ ਬਣ ਤੇ ਹੋ ਹੋ। ਉਹਦੇ ਗੀਤ ਨੂੰ ਸੁਣ ਕੇ ਤੁਰੇ ਜਾਂਦੇ ਪਿੰਡ ਦੇ ਦੋ ਗੱਭਰੂ ਵੀ ਆ ਗਏ। ਸੁਰਿੰਦਰ ਹਰ ਇੱਕ ਗੀਤ ਦਾ ਇੱਕ ਇੱਕ ਸਤਰ ਬੋਲ ਕੇ ਗੀਤ ਪੂਰਾ ਕਰ ਗਿਆ ਅਤੇ ਬਿਨਾਂ ਸਾਹ ਲਏ ਸਾਰੇ ਗੀਤਾਂ ਦੀ ਲੜੀ ਜੋੜੀ ਗਿਆ। ਪਹਿਲੇ ਦੇ ਨਾਲ ਹੀ ਉਹਨੇ ਇਹ ਗੀਤ ਸ਼ੁਰੂ ਕੀਤਾ। ਤਾਲੀ ਦਾਤਲੀ ਤੰਨਣ ਦਾ ਦਸਤਾ ਅਤੇ ਲੱਛੀ ਤੁਰੀ ਵਾਦੀਆਂ ਤਲਿਓ, ਪਾਲੀ ਪਾਣੀ ਬੂਹ ਤੋਂ ਭਲੇ ਹੋ ਹੋ ਬਾਬੇ ਤੋਲ ਦਾਣੇ। ਸੁਰਿੰਦਰ ਦੇ ਮੂੰਹੋਂ ਗੀਤ ਦੇ ਨਾਲ ਹੀ ਨਿਕਲੀ ਇਸ ਗੱਲ ਨੇ ਸਭ ਨੂੰ ਹਸਾ ਦਿੱਤਾ। ਮੁੱਖੋਂ ਇੱਕ ਗਾਣਾ ਹੋਰ ਸੁਣਾ ਜਾ, ਵਿਸਾਖਾ ਸਿੰਘ ਬੋਲਿਆ। ਮੈਂ ਨਹੀਂ ਦਾ। ਸੁਰਿੰਦਰ ਉੱਠ ਕੇ ਜੋਰਾ ਸਿੰਘ ਵੱਲ ਭੱਜ ਗਿਆ। ਜੋਰਾ ਸਿੰਘ ਨੇ ਅੱਧੀ ਇੱਕ ਪੰਡ ਪੱਠਿਆਂ ਦੀ ਬਣਾ ਲਈ ਸੀ। ਸੁਰਿੰਦਰ ਵੀ ਜਾ ਸਿਰ 'ਤੇ ਖੜਕਿਆ। ਬਾਬੇ ਥੱਲੀ ਭੁੰਨ ਦੇ, ਘਰੇ ਚੱਲ ਕੇ ਭੁੰਨਾਂਗੇ। ਮੈਂ ਨਹੀਂ ਦਾ, ਹੁਣੇ ਭੁੰਨ 'ਤੇ ਦੇ। ਸੁਰਿੰਦਰ ਉੱਸ ਗਿਆ। ਧੀ ਜਾ, ਲੱਫੜ ਮਾਰ ਕੇ ਦੂਜੇ ਪਾਸੇ ਮੂੰਹ ਲਾ ਦੂੰ। ਸੁਰਿੰਦਰ ਜ਼ਮੀਨ 'ਤੇ ਲਿਟ ਗਿਆ। ਇਹ ਨਵਾਂ ਹੀ ਸਿਆਪਾ ਪਾਈਏ, ਰੱਖੋ ਕੱਲ੍ਹ ਨੂੰ ਆਈ ਨਾਲ, ਫੇਰ ਮੈਨੂੰ ਥੱਲੀ ਨਹੀਂ ਦਿੰਦਾ ਭੁੰਨਤੀ। ਸੋਹਰਾ ਛੱਲੀ ਦਾ, ਜੋਰਾ ਸਿੰਘ ਗੁੱਸੇ 'ਚ ਦੰਦ ਕਰੀਚਦਾ ਉੱਠਿਆ ਅਤੇ ਘਾਹ ਫੂਸ ਇਕੱਠਾ ਕਰਕੇ ਅੱਗ ਬਾਲੀ। ਪਹਿਲਾਂ ਪੇਂਡੂ ਬੰਦੇ ਗੀਜੇ 'ਚ ਮਾਚਿਸ ਚਾਕੂ ਅਤੇ ਮੋਢੇ 'ਤੇ ਪਰਨਾ ਜ਼ਰੂਰ ਰੱਖਦੇ ਸੀ। ਕਈ ਹਲ ਵਾਹਕ ਅੱਜ ਵੀ ਇਹ ਚੀਜ਼ਾਂ ਨਾਲ ਰੱਖਦੇ ਆ। ਕੱਚੀ ਪੱਕੀ ਕਰਕੇ ਛੱਲੀ ਸੁਰਿੰਦਰ ਦੇ ਹੱਥ ਫੜਾ ਦਿੱਤੀ। ਪੋਤੇ ਨੇ ਬਾਬੇ ਦਾ ਨਾਂ ਲਏ ਬਿਨਾਂ ਹੀ ਛੱਕਣੀ ਸ਼ੁਰੂ ਕਰ ਦਿੱਤੀ। ਛੱਲੀ ਖਾ ਕੇ ਵੀ ਵਿਹਲਾ ਹੋ ਗਿਆ। ਬਾਬੇ ਘਰ ਨੂੰ ਦਾਣੇ, ਸੁਰਿੰਦਰ ਮੂੰਹ ਸਵਾਰਦਾ ਬੋਲਿਆ। ਸੋਹਰੀ ਦਾ ਨਿਚਲਾ ਬਹਿ ਹੀ ਨਹੀਂ ਸਕਦਾ, ਹੁਣ ਘਰ ਦਾ ਸਰੱਗਾ ਆ ਗਿਆ। ਤੂੰ ਛੱਦਿਆ ਮੈਨੂੰ ਘਲੇ, ਬਹਿ ਜਾ ਇੱਥੇ ਟਿੱਕੇ, ਨਹੀਂ ਤਾਂ ਲੱਫੜ ਮਾਰੂ ਵੱਟ ਕੇ। ਜਾ ਭਾਜਾ ਜੇ ਜਾਣਾ ਹੈ ਤਾਂ, ਮੈਂ ਵੇਖ ਹੀ ਜਾਊਂਗਾ ਮਗਰੋਂ, ਜੋਰਾ ਸਿੰਘ ਬੋਲਿਆ। ਸੁਰਿੰਦਰ ਹੌਲੀ ਹੌਲੀ ਤੁਰ ਪਿਆ। ਮੱਕੀ ਦੇ ਨਾਲ ਨਾਲ ਉਹ ਤੁਰ ਰਿਹਾ ਸੀ। ਹਵਾ ਦੇ ਚੱਲਣ ਨਾਲ ਮੱਕੀ ਦੇ ਟਾਂਡਿਆਂ 'ਚ ਸਰਸਰਾਹਟ ਪੈਦਾ ਹੋਈ। ਸੁਰਿੰਦਰ ਡਰ ਕੇ ਪੂਰੀ ਰਫਤਾਰ ਨਾਲ ਪਿੱਛੇ ਵੱਲ ਭੱਜਿਆ ਅਤੇ ਫਿਰ ਮੁੜ ਆਇਆ। ਬਾਬੇ ਆਹ ਥੇਤ ਪਿੱਛੇ ਨਾ ਵੱਡਾ ਸਾਲਾ ਦਿੱਦੜ ਲੁੱਤਿਆ ਵੈ, ਉਹ ਮੇਲੇ ਵੱਲ ਭੱਜਿਆ ਤਾਂ ਮੈਂ ਛੂਤ ਹੀ ਵੱਤ ਲਈ। ਲੱਗਦਾ ਕੁਛ ਗਿੱਦੜ ਦਾ ਸੋਹਰੀ ਦਾ ਨਾਲ ਆ ਕੇ ਬਸ ਆਪਦੀ ਗਧੀ ਗੇਟ 'ਚ ਪਾਈ ਰੱਖੂ। ਚੱਲ ਮੱਕੀ ਟਪਾ ਕੇ ਆਵਾਂ। ਦੋਵੇਂ ਦਾਦਾ ਪੋਤਾ ਤੁਰ ਪਏ। ਉਹ ਸੁੱਖੀ ਸਾਂਦੀ ਖੇਤ ਟੱਪ ਕੇ ਰਾਹ 'ਤੇ ਆ ਗਿਆ। ਅੰਮਾ ਬੰਤੀ ਖੇਤ ਵੱਲੋਂ ਆ ਰਹੀ ਸੀ, ਉਹਦੇ ਘੱਗਰਾ ਪਾਇਆ ਸੀ, ਉਹਦੇ ਸਿਰ 'ਤੇ ਟੋਕਰਾ ਅਤੇ ਮਟਕਾ ਸੀ। ਉਹ ਪੱਤਾ ਦੇ ਕੇ ਵਾਪਸ ਮੁੜੀ। ਲੈ ਆਪਦੀ ਅੰਮਾ ਨਾਲ ਜਾਂਦਾ ਰਹਿ, ਜੋਰਾ ਸਿੰਘ ਬੋਲਿਆ। ਕਿਉਂ, ਹੁਣ ਖੇਤਾਂ 'ਚ ਦਿਲ ਨਹੀਂ ਲੱਗਦਾ? ਬੰਤੀ ਕੋਲ ਆ ਕੇ ਰੁਕੀ ਅਤੇ ਸੁਰਿੰਦਰ ਵੱਲ ਮੂੰਹ ਕਰਕੇ ਬੋਲੀ। ਕਾਹਦਾ ਹੈ, ਇੱਥੇ ਆ ਕੇ ਬਸ ਵਾਹਣੀ ਪਾਈ ਰੱਖੂ। ਜੋਰਾ ਸਿੰਘ ਨੇ ਸ਼ਿਕਵਾ ਪ੍ਰਗਟ ਕੀਤਾ। ਚੱਲ ਤੁਰ ਚੱਲੀਏ, ਬੰਤੀ ਬੋਲੀ। ਦੋਨੋਂ ਜਣੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਪਿੰਡ ਵੱਲ ਵੱਧ ਗਏ। ਧੰਨਵਾਦ। ਚੱਲ